ਦੁੱਧ ਦੱਧ ਦੇਖ ਕੇ ਪੀਆ ਕਰ ਹੱਥ ਨੇ, ਇਹੋ ਜਿਹੀ ਕਈ ਵਾਰ ਗੋਲੀਆਂ ਗੋਲੀਆਂ ਪਾ ਦਿੰਦੀ ਹੈ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਸਾਡੀਆਂ ਆਉਣ ਵਾਲੀਆਂ ਘੈਂਟ ਘੈਂਟ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜਾਣ। ਆ ਲੈ ਰੋਟੀ ਖਾ ਮਰੂ। ਤੂੰ ਖਾ ਲੈ ਮੁੱਕੋ, ਮੈਂ ਤਾਂ ਫੇਰ ਖਾ ਲੈਂਦਾ। ਮੈਂ ਵੀ ਖਾਊਂਗੀ, ਆਪਾਂ ਦੋਵੇਂ ਖਾਵਾਂਗੇ। ਚੱਲ ਬਹਿ ਜਾ, ਤੂੰ ਆ ਕੇ ਖਾ ਲੈਂਦਾ। ਲੈ ਭੁੱਖਾ ਜਾਏਗਾ। ਆ ਦੇਖ ਮੈਂ ਤੇਰੇ ਲਈ ਛੋਲਿਆਂ ਦੀ ਸਬਜ਼ੀ ਬਣਾਈ ਆ, ਨਾਲੇ ਨਾ ਮੇਰੀ ਗੱਲ ਸੁਣ। ਕੰਮ ਸਵੇਰੇ ਸ਼ਾਮ ਕਰਿਆ ਕਰ ਖੇਤ 'ਚ, ਦੁਪਹਿਰੇ ਨਹੀਂ ਕਰਨਾ ਹੈਗਾ, ਦੁਪਹਿਰੇ ਆ ਕੇ ਆਪਣਾ ਆਰਾਮ ਕਰਿਆ ਕਰ ਘਰੇ। ਜੇ ਤਾਂ ਦੇਖ ਸੰਦਰੇ ਪੱਟਣੇ ਨੇ ਤਾਂ ਹੁਣੇ ਜਾ ਕੇ ਘੰਟਾ ਲਾਇਆ, ਫਿਰ ਬਾਕੀ ਹੱਥ ਨੇ ਪੱਟ ਲਈ, ਦੁਪਹਿਰ ਨੂੰ ਕੋਈ ਕੰਮ ਨਹੀਂ ਕਰਨਾ ਖੇਤ 'ਚ। ਚੰਗਾ ਮੁੱਕੋ, ਦੁਪਹਿਰੇ ਨਹੀਂ ਕਰਦਾ ਫਿਰ ਮੈਂ, ਤੜਕੀ ਨੂੰ ਮੇਰੇ ਆਇਆ ਕਰੂੰਗਾ। ਹਾਂ ਧਿਆਨ ਰੱਖਿਆ ਕਰ ਆਪਣਾ, ਫਿਰ ਉਦੋਂ ਬਾਅਦ ਹੱਥ ਨੇ ਪੱਕ ਜਾ ਕਰੂੰਗਾ। ਸਬਜ਼ੀ ਕਿੱਦਾਂ ਬਣੀ ਆ? ਸਵਾਦ ਆ? ਹਾਂ ਬਾਲੀ ਸਵਾਦ। ਮੁੱਕੋ ਹੁਣ ਆਪਾਂ ਰੋਜ਼ ਐਵੇਂ ਰੋਟੀ ਖਾਇਆ ਕਰਾਂਗੇ, ਨਾਲੇ ਨਾ ਆਉਂਦੇ ਜਾਂਦੇ ਕਿਸੇ ਕੋਲ ਫਾਲਤੂ ਖੜਿਆ ਨਾ ਕਰ, ਵਧੀਆ ਲੋਕ ਨਹੀਂ ਹੈਗੇ ਇੱਥੇ ਦੇ। ਨਾ ਮੈਂ ਨਹੀਂ ਖੜਦਾ ਮੁੱਕ, ਤੈਨੂੰ ਪੁੱਠੀਆਂ ਮੱਤਾਂ ਦਿੰਦੇ ਨੇ। ਕਿਸੇ ਦਾ ਕੰਮ ਨਹੀਂ ਕਰਨਾ, ਸਿਰਫ ਆਪਣੇ ਖੇਤ 'ਚ ਕੰਮ ਕਰਿਆ ਕਰ ਜਿਹੜਾ ਹੁੰਦਾ, ਉਹ ਵੀ ਸਵੇਰੇ ਤੇ ਸ਼ਾਮ। ਜੇ ਕੋਈ ਕਹਿੰਦਾ ਮੇਰਾ ਕੰਮ ਕਰਦੇ, ਜਮਾ ਨਹੀਂ ਕਰਨਾ ਕਿਸੇ ਦਾ। ਨਾ ਹੁਣ ਆਪਾਂ ਨੌਕਰ ਥੋੜੀ ਆ ਕਿਸੇ ਦੇ। ਨਾ ਕਰਦਾ ਨਹੀਂ, ਐਵੇਂ ਤੈਨੂੰ ਸੀਰੀਆਂ ਵਾਂਗੂ ਲਾਈ ਰੱਖਦੇ ਨੇ। ਜੇ ਮੈਨੂੰ ਦਿਸ ਗਿਆ ਨਾ ਕਿਸੇ ਦਾ ਕੰਮ ਕਰਦਾ, ਫਿਰ ਸੋਚ ਲਈ। ਮੁੱਕੋ ਤੂੰ ਹਸਪਤਾਲ 'ਚ ਜਾਏਂਗੀ ਅੱਜ? ਅੱਜ ਨਹੀਂ ਮੈਂ ਜਾਂਦੀ, ਮੈਂ ਤਾਂ 5-7 ਦਿਨਾਂ ਦੀਆਂ ਛੁੱਟੀਆਂ ਲਿੱਤੀਆਂ ਹੋਈਆਂ ਹੁਣ। ਅੱਛਾ ਉਦੀ ਰਹੇਂਗੀ ਫਿਰ ਤੂੰ 5-6 ਦਿਨ? 5-6 ਦਿਨ ਕੀ, ਹੁਣ ਤਾਂ ਮੈਂ ਹਮੇਸ਼ਾ ਉਰੇ ਰਹੂੰਗੀ। ਠੀਕ ਆ? ਠੀਕ ਆ ਮੁੱਕੋ। ਹੁਣ ਜਿਹੜੀਆਂ ਗੱਲਾਂ ਮੈਂ ਸਮਝਾਈਆਂ ਨੇ ਨਾ, ਧਿਆਨ ਰੱਖੀ ਉਹਨਾਂ ਦਾ। ਭਾਬੀ ਨੇ ਖਾ ਲਈ ਰੋਟੀ? ਪਤਾ ਨਹੀਂ ਖਾਲੀ ਹੋਏਗੀ, ਮੈਂ ਤੁਹਾਨੂੰ ਦੇਖਿਆ ਪੁੱਛਿਆ ਨਹੀਂ ਮੈਂ ਤਾਂ। ਆ ਤਾਂ ਖਾ ਲੈ ਨਾਲ। ਗੱਲ ਸੁਣ ਮੁੱਕੋ। ਹਾਂਜੀ। ਅੱਧ ਦੀ ਮਾਲਕਣ ਤਾਂ ਤੂੰ ਕਹਾਉਣ ਲੱਗ ਗਈ, ਫਿਰ ਘਰ ਦੇ ਕੰਮ ਵੀ ਅੱਧੇ ਕਰ ਲਿਆ ਕਰ। ਕੀ ਮਤਲਬ ਭੈਣੇ? ਮਤਲਬ ਸਾਫ ਹੀ ਆ, ਆ ਲਿਆ ਕੇ ਭਾਂਡਿਆਂ ਦਾ ਬਾਜ਼ਾਰ ਮੇਰੇ ਮੱਥੇ ਮਾਰਿਆ, ਮੈਂ ਬਾਰ ਬਾਰ ਭਾਂਡੀ ਮੰਜੀ ਜਾਊਂਗੀ, ਮੈਂ ਤੁਹਾਡੀ ਗੋਲੀ ਰੱਖੀ ਆ, ਨਾਲੇ ਘਰ ਦੇ ਸਾਰੇ ਕੰਮ ਹੋ ਗਏ, ਕੱਪੜਾ ਲੀੜਾ ਮੈਂ ਧੋਤਾ, ਝਾੜੂ ਪੋਚਾ ਮੈਂ ਕਰਤਾ ਹੈ, ਤੁਸੀਂ 12 ਵਜੇ ਹੁਣ ਉੱਠਦੇ ਹੋ। ਭੈਣੇ ਮੈਨੂੰ ਤਾਂ ਜਾਗ ਹੀ ਨਹੀਂ ਆਈ। ਮੇਰੀ ਗੱਲ ਸੁਣ ਲਾ ਮੁੱਕੋ, ਹੁਣ ਤੂੰ ਮੇਰੀ ਸ਼ਰੀਕਣੀ ਆ, ਭੈਣ ਨਹੀਂ ਰਹੀ ਹੈਗੀ, ਤੇ ਆਪਦੇ ਕੰਮ ਵੰਡ ਲਾ, ਅੱਧੇ ਕਰਿਆ ਕਰ, ਮੈਂ ਕੋਈ ਤੇਰੀ ਨੌਕਰਾਈ ਨਹੀਂ ਰੱਖੀ ਹੈਗੀ। ਭੈਣੇ ਮੈਂ ਕਦੋਂ ਕਿਹਾ ਵੀ ਮੈਂ ਕੰਮ ਨਹੀਂ ਕਰਦੀ? ਕੋਈ ਨਾ ਤੁਸੀਂ ਐਂ ਕਰਿਆ ਕਰੋ, ਆਥਣੇ ਆ ਕੇ ਮੈਂ ਕਰ ਲਿਆ ਕਰੂੰਗੀ ਕੰਮ, ਸਵੇਰ ਦਾ ਤੁਸੀਂ ਕਰ ਲਿਆ ਕਰੋ। ਅੱਛਾ? ਕਿਉਂਕਿ ਮੈਂ ਸਵੇਰੇ ਹਸਪਤਾਲ ਜਾਣਾ ਹੁੰਦਾ। ਤੂੰ ਬਾਲੀ ਸਿਆਣੀ ਨਹੀਂ ਕਹਾਉਂਦੀ ਆਪਦੇ ਆਪ ਨੂੰ, ਨਹੀਂ ਕੰਮ ਤਾਂ ਸਾਰੇ ਸਵੇਰ ਦੀ ਹੁੰਦੇ ਆ, ਆਥਣ ਦੇ ਕਿਹੜੇ ਕੰਮ ਹੁੰਦੇ ਆ? ਆਥਣ ਤਾਂ ਆਹ ਦਾਲ ਰੋਟੀ ਹੁੰਦੀ ਆ, ਸਵੇਰੇ ਦੇਖ ਲੈ ਕਿੰਨੇ ਕੰਮ ਹੁੰਦੇ ਨੇ, ਕੱਪੜਿਆਂ ਤੋਂ ਲਾ ਝਾੜੂ ਪੋਚਾ ਸਾਰਾ ਕੰਮ ਸਵੇਰੇ ਹੁੰਦਾ, ਆਪਦੇ ਜਦੋਂ ਮਰਜ਼ੀ ਕਰਿਆ ਕਰ, ਕੰਮ ਵੰਡ ਲਾ। ਪਰ ਚੱਲ ਭੈਣੇ ਤੂੰ ਲੜਦੀ ਕਾਹਤੋਂ ਆ, ਮੈਂ ਕਰ ਲਿਆ ਕਰੂੰਗੀ ਸਵੇਰ ਦਾ ਕੰਮ, ਨਾਲੇ ਆਪਾਂ ਲੜਦੀਆਂ ਥੋੜੀ ਚੰਗੀਆਂ ਲੱਗਦੀਆਂ, ਵੈਸੇ ਵੀ ਮੈਂ 9 ਵਜੇ ਜਾਣਾ ਹੁੰਦਾ ਹਸਪਤਾਲ, ਮੈਂ 6 ਵਜੇ ਉੱਠ ਕੇ ਆਪੀ ਕਰ ਲਿਆ ਕਰੂੰ।
ਪਰ ਤੂੰ ਲੜਿਆ ਨਾ ਕਰ ਮੇਰੇ ਨਾਲ। ਮੇਰੇ ਬੰਨੀਓ ਤਾਂ ਤੂੰ ਚਾਹੇ 12 ਵਜੇ ਕਰ ਚਾਹੇ ਸ਼ਾਮ ਨੂੰ ਕਰ, ਪਰ ਕੰਮ ਵੰਡ ਲੱਭ ਦੇ। ਮੈਂ ਤੇਰੀ ਕੋਈ ਨੌਕਰਾਨੀ ਨਹੀਂ ਆਪਦੇ, ਜਦੋਂ ਮਰਜ਼ੀ ਕਰੀ। ਚੱਲ ਮੈਂ ਹੁਣ ਕਹਿ ਤਾਂ ਦਿੱਤਾ, ਮੈਂ ਕਰ ਲਿਆ ਕਰੂੰਗੀ। ਭੈਣੇ ਆਪਾਂ ਲੜਦੇ ਚੰਗੇ ਨਹੀਂ ਲੱਗਦੇ, ਤੂੰ ਮੇਰੀ ਵੱਡੀ ਭੈਣ ਹੈ, ਆਪਾਂ ਇੱਕ ਥਾਵੇਂ ਰਹਿਣਾ, ਰਲ ਮਿਲ ਕੇ ਰਿਹਾ ਕਰਾਂਗੇ। ਹੁਣ ਭੈਣ ਵਾਲੀ ਤਾਂ ਤੂੰ ਗੱਲ ਹੀ ਨਹੀਂ ਕੀਤੀ, ਕੋਈ ਕਸਰੀ ਨਹੀਂ ਛੱਡੀ ਭੈਣ ਵਾਲੀ। ਮੈਂ ਤੇਰੀ ਭੈਣ ਨਹੀਂ, ਹੁਣ ਤਾਂ ਤੂੰ ਮੇਰੀ ਸ਼ਰੀਕਣੀ ਆ, ਦਰਾਣੀ ਆ, ਦਰਾਣੀ ਬਣ ਕੇ ਰਹਿ, ਸਮਝ ਗਈ ਨਾ। ਚੱਲ ਭੈਣੇ, ਤੂੰ ਜਿਵੇਂ ਸਮਝਣਾ ਸਮਝੀ ਜਾ, ਕੰਮ ਦੀ ਗੱਲ ਆ, ਮੈਂ ਕਰ ਲਿਆ ਕਰੂੰਗੀ। ਕੋਈ ਨਾ, ਤੇਰੇ ਬਟ ਤਾਂ ਹੁਣ ਕੱਢੂੰਗੀ ਮੈਂ। ਜਿੰਨਾ ਤੈਨੂੰ ਲਾੜ ਪਿਆਰ ਕੀਤਾ ਸੀ ਨਾ, ਤੈਨੂੰ ਹੁਣ ਦੂਤਨੇ ਸੜੀ ਆਏ ਨੀ, ਤੂੰ ਠੀਕ ਆਉਂਦੀ ਸੀ। ਹੁਣ ਦਿਖਾਉਂ ਤੈਨੂੰ ਮੈਂ ਆਪਦੀ ਨਫ਼ਰਤ ਵੀ ਕੀ ਹੈ ਮੇਰੇ ਅੰਦਰ। ਓਏ ਅਮਰੂ, ਓਏ ਉਰੇ ਆ, ਓਏ ਆ ਜਾ, ਕਿੱਧਰ ਜਾਂਦਾ ਰੇਸ ਦੱਬੀ? ਬਹੂ ਕਾਹਦੀ ਆ ਗਈ, ਚਾਹ ਚੇ ਭੱਜਿਆ ਫਿਰਦਾ, ਖੜਦਾ ਹੀ ਨਹੀਂ ਯਾਰਾਂ ਲਵੇ ਤਾਂ। ਇੱਧਰ ਆ ਜਾ ਸ਼ੌਂਚ, ਕਰ ਲਈਏ 2 ਮਿੰਟ ਗੱਲਾਂ ਤੇਰੇ ਨਾਲ। ਬਈ ਮੈਂ ਤਾਂ ਥੱਲਰੇ ਪੱਟਣੇ ਸੀਗੇ। ਓਏ ਪੱਟ ਲਈ ਧੁੱਪ ਚੜੀ ਜਾਂਦੀ ਹੈ ਜੀ। ਕੋਈ ਨਹੀਂ, ਕਰਾ ਲਿਆ ਹੈ ਓਏ ਫਿਰ ਵਿਆਹ। ਵਿਆਹ ਤੈਨੂੰ ਕਿਹਨੇ ਦੱਸਿਆ ਬਈ? ਲੈ ਸਾਰੇ ਪਿੰਡ ਤਾਂ ਗੱਲ ਉੱਡੀ ਪਈ ਹੈ, ਕਹਿੰਦੇ ਡਾਕਟਰਨੀ ਨਾਲ ਕਰਾਇਆ, ਵੱਡੇ ਦੀ ਸਾਲੀ ਨਾਲ, ਕੋਰਟ ਮੈਰਿਜ ਕਰਾ ਗਿਆ ਹੈ ਓਏ। ਹਾਂ ਬਈ ਮੁੱਕੋ ਨਾਲ ਕਰਾਇਆ ਬਈ ਮੈਂ ਵਿਆਹ। ਮੈਂ ਤਾਂ ਸਾਰੇ ਪਿੰਡ 'ਚ ਐਂ ਲੱਗਦਾ ਸੀ ਵੀ ਉਹ ਤਾਂ ਲੋਲਾ ਜਾ, ਮਿੰਨਾ ਜਾ, ਵੀ ਇਹਦੇ ਨਾਲ ਕੌਣ ਕਰਾਊਗੀ। ਬੜਾ ਘੈਂਟ ਪੁਰਜਾ ਪੱਟਿਆ ਓਏ ਤੈਂ। ਹਾਂ ਬਈ ਮੁੱਕੋ ਨਾਲ ਹੀ ਕਰਾਇਆ ਮੈਂ ਤਾਂ ਫਿਰ। ਤਾਂ ਹੀ ਮੈਨੂੰ ਦੀਂਦੀ ਤੀ ਬੱਦਲ ਬਾਈ, ਮਹਾਂ ਜਿਹੜੀ ਵਾਰੀ ਵਾਰੀ ਉਰੇ ਗੇੜੇ ਮਾਰਦੀ ਹੈ ਤੇਰੇ ਕਰਕੇ ਮਾਰਦੀ ਸੀਗੀ। ਹਾਂ ਬਈ ਉਹ ਤਾਂ ਮੇਰੇ ਕਰਕੇ ਹੀ ਆਉਂਦੀ ਸੀਗੀ ਮੁੱਕੋ ਤਾਂ। ਸੁਨਾਮ ਤੋਂ ਨਹੀਂ ਪਿੰਡ ਤਾਂ ਉਹਦਾ ਵੀ ਓਨਾ ਹੀ ਦੂਰ ਪੈਂਦਾ, ਓਨਾ ਹੀ ਕਣਕ ਵਲ ਪੈਂਦਾ। ਚੱਲ ਹੁਣ ਗੌਰ ਨਾਲ ਰਹੀ, ਇਹ ਪੜੀਆਂ ਲਿਖੀਆਂ ਤੇਜ਼ ਬਹੁਤ ਹੁੰਦੀਆਂ ਨੇ, ਕਿਤੇ ਬਾਹਰੀ ਕੋਈ ਉਹ ਕਰ ਰੱਖਿਆ ਹੋਵੇ। ਥੋੜਾ ਜਿਹਾ ਧਿਆਨ ਨਾਲ ਰਹੀ। ਬਾਰੇ ਕੋਈ ਬਾਹਰੇ ਬੰਦਾ ਬੰਦਾ ਪੱਟ ਲੈਂਦੀਆਂ ਨੇ ਜਿਵੇਂ ਤੇਰੇ ਵਰਗੇ ਨਾਲ। ਹੁਣ ਤੂੰ ਤਾਂ ਭੋਲਾ, ਤੈਨੂੰ ਤਾਂ ਅਸੀਂ ਚਾਟ ਤੇ ਲਾ ਕੇ ਰੱਖਦੀ ਹੈ ਵੀ ਗੱਲਾਂ ਗੁੱਲਾਂ ਕਰ ਲਈਆਂ ਘਰੇ ਆਏ ਨਾਲ, ਬਾਹਰ ਕਿਤੇ ਗੱਲਬਾਤ ਹੁੰਦੀ ਹੈ? ਨਾ ਬਾਈ ਮੁੱਕੋ ਇਹੋ ਜਿਹੀ ਨਹੀਂ ਹੈਗੀ, ਉਹ ਤਾਂ ਵਿਚਾਰੀ ਸਾਰਾ ਕੁਛ ਛੱਡੇ ਗਈ ਮੇਰੇ ਵਾਸਤੇ। ਓਏ ਮੈਂ ਜਾਣਦਾ, ਮੈਂ ਬਹੁਤ ਕੇਸ ਦੇਖੇ ਨੇ ਇਹੋ ਜਿਹੇ, ਸਾਰਾ ਕੁਛ ਛੱਡਣ ਵਾਲੀਆਂ ਦੇ। ਤੈਨੂੰ 4 ਕੀਲੇ ਆਉਂਦੇ ਨੇ, ਦੇਖੀ ਕਿਤੇ ਨੌ ਨੂੰ ਲਵਾ ਜੇ। ਬਾਈ ਤੂੰ ਤਾਂ ਹੋਰ ਹੀ ਗੱਲਾਂ ਕਰੀ ਜਾਂਦਾ ਯਾਰ, ਮੈਂ ਤਾਂ ਜਾਣਾ। ਓਏ ਹੋਰ ਹੀ ਗੱਲਾਂ ਨੀ ਕੰਜਰ ਦਿਆ, ਮੱਤ ਦਿੰਦਾ ਤੈਨੂੰ। ਚੱਲ ਕੋਈ ਨੀ, ਹੁਣ ਉਹ ਤਾਂ ਦੇਖੀ ਜਾਊਗੀ, ਵਿਆਹ ਤਾਂ ਕਰਾ ਲਿਆ ਨਾ। ਜਦੋਂ ਨਸ਼ਾ ਪੱਤਾ ਕਰਨਾ ਹੁੰਦਾ ਸੀਗਾ ਉਹ ਤਾਂ ਬਾਈ ਦੇ ਦੇ ਗੋਲੀਆਂ, ਬਾਈ ਦੇ ਦੇ ਕੈਪਸੂਲ, ਉਹਦੀ ਮਰ ਲਵਿਆ ਜਾਂਦਾ ਸੀਗਾ। ਹੁਣ ਲੱਡੂ ਖਵਾਉਣ ਵੇਲੇ ਭੁੱਲੇ ਗਿਆ ਓਏ। ਕੋਈ ਨਾ ਬਾਈ ਖਵਾ ਦੂੰਗਾ, ਨਸ਼ਾ ਪੱਤਾ ਤਾਂ ਬਾਈ ਮੈਂ ਹੁਣ ਕਰਦਾ ਨੀ, ਮੈਂ ਤਾਂ ਹਟ ਗਿਆ ਬਾਈ। ਅੱਛਾ, ਮੁੱਕੋ ਕਹਿੰਦੀ ਕਰਨਾ ਨੀ ਹੈਗਾ, ਜਿਹੜਾ ਕੁਛ ਮਰਜ਼ੀ ਖਾਣ ਪੀਣ ਨੂੰ ਮੰਗਾ ਲਿਆ ਕਰੀ, ਮੈਂ ਸੁਨਾਮ ਮੋਲਿਆ ਲਿਆ ਕਰੀ। ਹੁਣ ਤਾਂ ਫਿਰ ਮੱਕੋ ਦੀਆਂ ਹੀ ਮੰਨਿਆ ਕਰੇਗਾ ਹੈ ਓਏ। ਹਾਂ ਬਾਈ। ਚੱਲ ਕੰਜਰ ਦਿਆ, ਪਾਰਟੀ ਤਾਂ ਕਰਦੀ, ਇੱਕ ਅੰਗਰੇਜ਼ੀ ਦੀ ਬੋਤਲ ਲਿਆ ਦੀ, ਇੱਕ ਨਾਲ ਮੁਰਗਾ ਲਿਆ ਦੀ ਬਸ। ਪੱਕਾ ਲਿਆ ਦੂੰਗਾ ਬਾਈ। ਹਾਂ ਓਏ ਨਾਲੇ ਆਥਣੇ ਯਾਰ ਰੇਜਾ ਡਿੱਗਿਆ ਜੀ, ਬਈਆ ਇਕੱਲਾ ਆਪਣਾ। ਮੈਂ ਤਾਂ ਬਾਈ ਹੁਣ ਐਂ ਕਰਾਉਂਦਾ ਨੀ ਕਿਸੇ ਨਾਲ ਕੰਮ, ਮੈਂ ਤਾਂ ਆਪਦੇ ਖੇਤ ਹੀ ਕਰਿਆ ਕਰੂੰਗਾ। ਮੁੱਕੋ ਨੇ ਕਿਹਾ ਵੀ ਕਿਸੇ ਨਾਲ ਨਾ ਕਰਾਇਆ ਕਰ। ਓਏ ਇੰਨਾ ਕੀ ਤੀਵੀਂ ਥੱਲੇ ਲੱਗਣਾ ਯਾਰ, ਉਹ ਤਾਂ ਉਦੀ ਆ ਜਾਂਦਾ ਸੀ ਤੂੰ। ਹੁਣ ਵੀ ਤੇਰਾ ਸਮਾਨ ਲਿਆਂਦਾ ਪਿਆ, ਟਰਮਾ ਡੋਲ ਪਈਆਂ ਨੇ, ਨਾਲੇ ਸਿਗਨੇਚਰ ਪਏ ਨੇ, ਲੈ ਲਈ ਆਪਦਾ। ਮੈਂ ਨੀ ਖਾਂਦਾ ਬਾਈ ਹੁਣ ਇਹੀਆਂ ਗੰਦੀਆਂ ਮੰਦੀਆਂ ਚੀਜ਼ਾਂ, ਮੁੱਕੋ ਨੇ ਕਿਹਾ ਵੀ ਹੁਣ ਨਾ ਖਾਈ। ਸਾਲੀਆਂ ਹੁਣ ਇਹ ਗੰਦੀਆਂ ਮੰਦੀਆਂ ਹੋ ਗਈਆਂ ਜਦੋਂ ਦੀ ਮੱਕੋ ਆਈ ਹੈ। ਮੈਂ ਤਾਂ ਜਾਣਾ ਬਾਈ, ਤੂੰ ਤਾਂ ਹੋਰ ਹੀ ਗੱਲਾਂ ਕਰੀ ਜਾਂਦਾ।
ਮੈਂ ਤਾਂ ਆਪਦੀ ਖੇਤ ਥੱਲੇ ਪੱਟਦਾ। ਉਹ ਇੱਕ ਗੱਲ ਤਾਂ ਸੁਣ ਜਾ, ਦੁੱਧ ਦੁੱਧ ਦੇਖ ਕੇ ਪੀਆ ਕਰ ਆਥਣੇ, ਇਹੋ ਜਿਹੀ ਕਈ ਵਾਰ ਗੋਲੀਆਂ ਗੋਲੀਆਂ ਪਾ ਦਿੰਦੀ ਹੈ, ਦੇਖ ਕੇ ਰਿਹਾ ਕਰੀ ਇਹਦੇ ਨਾਲ, ਉਵੇਂ ਮਾਰੀ ਜਾਂਦਾ ਹੈਗਾ। ਬਾਹਰ ਵੀ ਡਾਈ ਬੈਠੀਆਂ ਨੇ। ਅਮਨ ਕੁੜੇ, ਅਮਨ ਪਤਾ ਨੀ ਕਿੱਡੀ ਕਡੂੰਗੀ ਬੈਠੀ ਹੈ। ਸਤਿ ਸ੍ਰੀ ਅਕਾਲ ਭੂਆ। ਸਤਿ ਸ੍ਰੀ ਅਕਾਲ। ਪੈਰੀ ਪੈਣੀ ਜਿਉਂਦੀ। ਬਸ ਬਸ ਬਸ, ਐਂ ਕਿਉਂ ਕਰਦੀ ਰੋਂਦੀ? ਕਾਹਤੋਂ ਆਂਦੀ ਹੈ ਬਾਉਲੀ, ਰੋਂਦੇ ਨਹੀਂ ਹੁੰਦੀ ਭੂਆ। ਰੋਵਾਂ ਨਾ ਤਾਂ ਹੋਰ ਕੀ ਕਰਾਂ, ਇੰਨੇ ਮਾੜੇ ਕਰਮ ਮੇਰੇ, ਭੈਣੀ ਦੁਸ਼ਮਣ ਬਣ ਕੇ ਖੜ ਗਈ। ਦੱਸ ਮੈਂ ਕੀ ਮਾੜਾ ਕੀਤਾ ਸੀ? ਪਤਾ ਲੱਗ ਗਿਆ ਸੀ ਪੁੱਤ, ਲੱਗ ਗਿਆ ਸੀ ਮੈਨੂੰ ਪਤਾ, ਤਾਂ ਹੀ ਤਾਂ ਮੈਂ ਆਈ ਆ ਭੱਜੀ। ਮੈਂ ਆਖਿਆ ਮੈਂ ਅਮਨ ਦਾ ਪਤਾ ਸਤਾ ਲਵਾਂ। ਹੈਂ ਦੇਖ ਲਾ ਭੂਆ, ਮੇਰੇ ਬੰਦੇ ਨੂੰ ਅੰਦਰ ਕਰਾ ਕੇ ਆਪ ਕੋਰਟ ਮੈਰਜਾਂ ਕਰਾਉਂਦੀ ਫਿਰਦੀ ਹੈ। ਹੋਰ ਲੈ ਦੱਸ, ਨੀ ਕਦੇ ਪਿਓ ਨੇ ਨਾ ਦਾਦੇ ਨੇ ਕਦੇ ਥਾਣਾ ਨੀ ਦੇਖਿਆ ਸੀ, ਆ ਕਦੇ ਮੈਰਜਾਂ ਮੂਰਜਾਂ ਨੀ ਕਦੇ ਸਾਡੇ ਤਾਂ ਕੋਰਟ ਵਿੱਚ ਦੇਖੀਆਂ ਸੀ। ਆ ਨਵੇਂ ਹੋਰ ਹੀ ਚਲਾ ਕੇ ਧਰਤੇ, ਬਥੇਰਾ ਸਮਝਾਇਆ ਕਰਦੀ ਫਿਰਦੀ। ਮੈਂ ਤਾਂ ਪਾਪੇ ਹੋਰਾਂ ਨੂੰ ਵੀ ਬੁਲਾਇਆ ਸੀ, ਇਹਨੇ ਤਾਂ ਕਿਸੇ ਦੀ ਨੀ ਮੰਨੀ, ਨਾ ਮੇਰੇ ਭਰਾ ਦੀ ਮੰਨੀ ਹੈਗੀ। ਅੱਛਾ, ਅਸਲ 'ਚ ਨਾ ਮੁੱਕਦੀ ਗੱਲ ਤਾਂ ਇਹੀ ਹੈ, ਤਾਂ ਹੀ ਇਹਨੇ ਇੰਦਰ ਨੂੰ ਅੰਦਰ ਕਰਵਾਇਆ ਵੀ ਆਪਦੇ ਕਰਤੂਤ ਦਿਖਾ ਦਾਂ ਮੈਂ, ਹੋਰ ਕੋਈ ਗੱਲ ਨਹੀਂ ਹੈਗੀ। ਤਾਂ ਹੀ ਅੰਦਰ ਕਰਾਇਆ ਪੁੱਤ, ਤਾਂ ਹੀ ਅੰਦਰ ਕਰਵਾਇਆ। ਅਜਾ ਭੂਆ ਬਹਿ ਜਾ, ਮੈਂ ਪਾਣੀ ਲੈ ਕੇ ਆਉਣੀ ਹੈ। ਸੱਚੀ ਹੁਣ ਤਾਂ ਜਮੀ ਮੇਰੇ ਦੁਸ਼ਮਣਾਂ ਦੇ ਦੁਸ਼ਮਣ ਤੋਂ ਵੀ ਵੱਧ ਕੇ ਹੋ ਗਈ, ਹੁਣ ਤਾਂ ਨਾ ਮੈਥੋਂ ਜਰੀ ਨਹੀਂ ਜਾਂਦੀ ਫਿਰਦੀ ਵੀ ਘਰੇ ਇਹ ਜਰੀ ਕਿੱਥੋਂ ਜਾਂਦੀ ਭੂਆ? ਬਹਿ ਜਾ। ਮੈਂ ਦੱਸ, ਹਾਏ ਮੈਂ ਮਰ ਜਾ, ਘਰ ਭਾਂ ਭਾਂ ਕਰਦਾ ਹੈ, ਕੀ ਹਸੂ ਹਸੂ ਘਰ ਕਰਦਾ ਸੀ, ਕੀ ਰੌਣਕ ਸੀ ਇਸ ਘਰ ਦੇ ਵਿੱਚ, ਨੀ ਵਾਗਰੂ ਘਰ ਦਾ ਉਜਾੜ ਬਣ ਗਿਆ ਹੈ। ਉਹ ਜਵਾਕ ਥਾਣੇ 'ਚ ਫੜਾ ਤਾ, ਮੈਨੂੰ ਤਾਂ ਜਦੋਂ ਪਤਾ ਲੱਗਿਆ ਮੈਂ ਆਖਿਆ ਨੀ ਵਾਗਰੂ ਵਾਗਰੂ, ਉਸੇ ਘਰ 'ਚੋਂ ਡਰ ਆਉਣ ਲੱਗ ਗਿਆ। ਹਾਲਾ ਧੀਏ, ਮੇਰੇ ਤਾਂ ਪਿਓ ਦੀ ਨਾ ਲਵੇ ਲਾਉਣੇ 10 ਪਿੰਡਾਂ 'ਚ ਇੱਜ਼ਤ ਬਣੀ ਹੋਈ ਸੀ ਹੈ, ਅਤੇ ਕਿੱਥੇ ਕਿਤੇ ਦੂਰ ਦੂਰ ਤਾਂ ਜਾਣਦੇ ਸੀ ਮੇਰੇ ਪਿਓ ਨੂੰ ਅਤੇ ਦਾਦੇ ਨੂੰ ਤਾਂ। ਆ ਹੁਣ ਲੋਕ ਕੀ ਕਹਿੰਦੇ ਹੋਣਗੇ, ਆ ਕਰਮ ਸੁਣਦੇ ਪੋਤੇ ਕੋਟ ਮੈਰਜਾਂ ਕਰਾਉਣ ਲੱਗ ਗਏ, ਮੈਨੂੰ ਤਾਂ ਪਿੰਡ 'ਚ ਵੜਨਾ ਔਖਾ ਹੋ ਗਿਆ, ਵੀ ਕਿਹੜਾ ਮੂੰਹ ਲੈ ਕੇ ਪਿੰਡ 'ਚ ਬਣਾ ਮੈਂ। ਭੂਆ ਮੈਂ ਤਾਂ ਇਹਦਾ ਬਥੇਰਾ ਹੀ ਕੀਤਾ, ਜਮੇ ਜਾੜ ਕੇ ਰੱਖਤੇ, ਹੁਣ ਤਾਂ ਜੜ੍ਹੇ ਪੱਟਤੀਆਂ, ਮੈਨੂੰ ਤਾਂ ਨਾ ਸੱਚੀ ਜਮੀ ਜ਼ਹਿਰ ਵਰਗੀ ਲੱਗਦੀ ਆ ਹੁਣ ਇਹ। ਮੈਨੂੰ ਤਾਂ ਧੀਏ ਬਾਹਲਾ ਹੀ ਚਾਅ ਸੀਗਾ ਵੀ ਅਮਰੂ ਦਾ ਵਿਆਹ ਨਾ ਆਪਾਂ ਬਾਹਲਾ ਹੀ ਚਾਵਾਂ ਲਾਡਾਂ ਨਾਲ ਕਰਾਂਗੇ, ਮੈਂ ਤੇ ਤੇਰਾ ਫੁੱਫੜ ਤਾਂ ਰੋਜ਼ ਗੱਲਾਂ ਕਰਦੇ ਸੀ ਘਰੇ ਵੀ ਵਧੀਆ ਵਿਆਹ ਕਰਾਂਗੇ ਜਵਾਕ ਦਾ, ਵੀ ਸਾਰੇ ਮਾਂ ਪਿਓ ਵਾਲੇ ਫਰਜ਼ ਅਸੀਂ ਨਿਭਾਵਾਂਗੇ, ਕੋਈ ਟੋਂਗ ਛੱਲਾ ਵੀ ਪਾ ਕੇ ਜਾਂਦੇ ਅਸੀਂ ਹੈਂ, ਵੀ ਭਾਵਾਂ ਸਾਨੂੰ ਪੈਸੇ ਲਾਉਣੇ ਪੈ ਜਾਂਦੇ, ਤੇਰਾ ਫੁੱਫੜ ਕਹਿੰਦਾ ਉਹ ਵੀ ਲਾ ਦਿਆਂਗੇ ਆਪਾਂ ਤਾਂ, ਪਰ ਵਿਆਹ ਵਧੀਆ ਧੂਮ ਧਾਮ ਨਾਲ ਕਰਾਂਗੇ ਅਮਰੂ ਦਾ ਤਾਂ। ਹੁਣ ਆ ਕੇ ਪਤਾ ਸੀ ਵੀ ਇਹ ਤਾਂ ਆਹ ਕੋਟ ਮੈਰਜਾਂ ਕਰਾ ਕੇ ਬਹਿ ਜਾਣਗੇ, ਤੇ ਸਾਰੇ ਤਾਂ ਪਿੰਡ 'ਚੋਂ ਸ਼ਗਨ ਲੈਣਾ ਸੀ, ਆਹ ਕਿੰਨੇ ਘਰਾਂ ਤੋਂ ਅਤੇ ਰਿਸ਼ਤੇਦਾਰਾਂ ਤੋਂ ਨਿਉਂਦਾ ਲੈਣਾ ਸੀ, ਸਾਰਾ ਵਿੱਚ ਵਿਚਾਲੇ ਰਹਿ ਗਿਆ। ਚੱਲ ਛੱਡ ਧੀਏ, ਅੱਜ ਕੱਲ੍ਹ ਦੇ ਜਵਾਕਾਂ ਦਾ ਕੀ ਪਤਾ, ਹੁਣ ਤਾਂ ਤੂੰ ਤਕੜੀ ਹੋ ਜਾ, ਆਹ ਸਾਰਾ ਦਿਨ ਗੋਲਾ ਧੰਦਾ ਕਰੀ ਜਾਇਆ ਕਰੇਂਗੀ, ਕੰਮ ਤਾਂ ਤੈਨੂੰ ਕਰਨਾ ਪਿਆ ਕਰੂ, ਉਹ ਤਾਂ ਤੜਕੀ ਲਾਇਆ ਕਰੂਗੀ ਟੌਰ ਫੌਰ, ਚੱਕਿਆ ਕਰੂ ਸਕੂਟਰੀ, ਹਸਪਤਾਲ ਵਗ ਜਾ ਕਰੂਗੀ, ਕਦੇ ਭਾਂਡੇ ਮਾਂਜ ਲਏ, ਕਦੇ ਕੱਪੜੇ ਧੋ ਲਏ, ਕਦੇ ਡੰਗਰ ਪਸ਼ੂਆਂ ਦਾ ਕਰ ਲਿਆ,
ਹੁਣ ਤਾਂ ਤੀ ਇਹ ਗੋਲਾ ਧੰਦਾ ਤੈਨੂੰ ਹੀ ਕਰਨਾ ਪਊ। ਨਾ ਨਾ ਭੂਆ, ਮੈਂ ਤਾਂ ਕਰੂੰਗੀ ਭਲਾ ਗੋਲਾ ਧੰਦਾ, ਨਾਲੇ ਮੈਂ ਤਾਂ ਨਾ ਤੜਕੇ ਤੜਕੇ ਖੜਕਾਤ ਅੱਜ ਲਿਆ ਕੇ ਭਾਂਡਿਆਂ ਦਾ ਬਾਜ਼ਾਰ ਮੇਰੇ ਮੂਹਰੇ ਧਰਤਾ। ਮੈਂ ਤਾਂ ਸਿੱਧੀ ਕਹਿਤਾ, ਮਹਾਂ ਤੈਨੂੰ ਵਿਆਹ ਕਰਾਉਣ ਦਾ ਚਾਹੀਏ ਨਾ, ਫਿਰ ਤੈਨੂੰ ਕੰਮ ਵੀ ਕਰਨੇ ਪੈਣਗੇ ਅੱਧੇ, ਵੀ ਆਪਦੇ ਕੰਮ ਵੰਡ ਲਾ। ਅੱਗੋ ਬੋਲਦੀ ਹੈ, ਕਹਿੰਦੀ ਮੈਂ ਹੱਥਾਂ ਦਾ ਕੰਮ ਮੈਂ ਕਰ ਲਿਆ ਕਰੂੰ, ਤੜਕੇ ਦਾ ਤੂੰ ਕਰ ਲਿਆ ਕਰ। ਮੈਂ ਕਿਹਾ ਜਾ ਦੇ ਹੁਸ਼ਿਆਰ, ਤੜਕੇ ਦਾ ਕਰਿਆ ਕਰੀ। ਭੂਆ ਮੇਰੀ ਗੱਲ ਸੁਣ, ਕੰਮ ਤਾਂ ਹੁਣ ਤੜਕੇ ਦੇ ਹੁੰਦੇ ਨੇ, ਮੈਂ ਤਾਂ ਖੜਕਾਤੀ ਭਾਈ ਆਪਦਾ ਕੰਮ ਵੰਡ ਲਾ। ਭੂਆ ਮੇਰੇ ਨਾਲ ਤਾਂ ਜਿਹੜਾ ਕੁਛ ਹੋਊਗਾ ਹੋਊਗਾ, ਮੈਨੂੰ ਤਾਂ ਐਂ ਲੱਗਦਾ ਆ ਸੋਡਾ ਵੀ ਸਾਰੇ ਰਿਸ਼ਤੇਦਾਰਾਂ ਦਾ ਨਾ ਇੱਥੇ ਆਉਣਾ ਜਾਣਾ ਬੰਦ ਕਰੂਗੀ। ਲਾ ਐਂ ਕਿਵੇਂ ਬੰਦ ਕਰ ਦੂਗੀ, ਸਾਡੇ ਬਾਪ ਦਾ ਘਰ ਆ ਇਹ, ਉਹ ਕੱਲ ਦੀ ਆਈ ਭੂਤਰੀ, ਸਾਡਾ ਆਉਣਾ ਜਿਵੇਂ ਕਿਵੇਂ ਬੰਦ ਕਰ ਦੂਗੀ। ਕੋਈ ਨੀ, ਕਰਦੀ ਆ ਨਾ ਗੱਲ ਮੈਂ ਉਹਦੇ ਨਾਲ। ਨਾ ਨਾ ਭੂਆ, ਉਹਨੂੰ ਨਾ ਕੁਛ ਕਹਿ ਬੈਠੀ, ਉਹ ਤਾਂ ਮਾੜੀ ਜਿਹੀ ਗੱਲ ਤੇ ਥਾਣੇ ਜਾ ਵੜਦੀ ਹੈਗੀ, ਤੈਨੂੰ ਪਤਾ ਨੀ ਹੈਗਾ, ਹੁਣ ਤਾਂ ਨਾਲੇ ਕਾਨੂੰਨ ਝਾੜਦੀ ਉਹ ਮਾੜੀ ਮਾੜੀ ਗੱਲ ਤੇ। ਕੋਈ ਨੀ ਧੀਏ, ਮੈਂ ਆਪਦੇ ਹਿਸਾਬ ਨਾਲ ਗੱਲ ਕਰੂੰਗੀ। ਐਂ ਕਿਵੇਂ ਕਾਨੂੰਨ ਝਾੜਦੀ ਆ, ਉਹ ਬਾਹਲੀ ਸਿਆਣੀ ਹੈ। ਕੀ ਕਰਾਂ, ਇੱਕ ਤਾਂ ਸਮਝ ਨਹੀਂ ਆਉਂਦੀ, ਪਾਪਾ ਤੇ ਮੀਤ ਵੈਸੇ ਚੁੱਪ ਤਾਂ ਨਹੀਂ ਬੈਠਣਗੇ, ਕਿਸੇ ਨਾ ਕਿਸੇ ਲੀਡਰ ਕੋਲ ਜ਼ਰੂਰ ਜਾਣਗੇ, ਨਹੀਂ ਤਾਂ ਫਿਰ ਪੈਸੇ ਦੇ ਕੇ ਉਹਨੂੰ ਬਾਹਰ ਕਢਾਉਣ ਦੀ ਕੋਸ਼ਿਸ਼ ਤਾਂ ਜ਼ਰੂਰ ਕਰਨਗੇ। ਪਰ ਉਹ ਬੰਦਾ ਬਾਹਰ ਨਹੀਂ ਆਉਣਾ ਚਾਹੀਦਾ, ਜੇ ਜੀਜਾ ਬਾਹਰ ਆ ਗਿਆ ਨਾ, ਉਹਨੇ ਆ ਕੇ ਪਹਿਲਾਂ ਤੋਂ ਵੀ ਮਾੜਾ ਹਾਲ ਕਰਨਾ, ਮੇਰੀ ਸਾਰੀ ਮਿਹਨਤ 'ਤੇ ਪਾਣੀ ਫਿਰ ਜੋ। ਸਰ ਨੂੰ ਫੋਨ ਲਾ ਕੇ ਦੇਖਦੀ ਹਾਂ। ਹੈਲੋ, ਗੁੱਡ ਆਫਟਰਨੂਨ ਸਰ। ਗੁੱਡ ਆਫਟਰਨੂਨ ਜੀ, ਹਾਂਜੀ ਕੌਣ? ਸਰ ਮੈਂ ਮਨਪ੍ਰੀਤ ਕੌਰ ਬੋਲਦੀ ਹਾਂ, ਡਾਕਟਰ। ਅੱਛਾ ਜੀ, ਹਾਂਜੀ ਮਨਪ੍ਰੀਤ ਜੀ। ਹਾਂਜੀ, ਉਹ ਆਪਾਂ ਕੇਸ ਲਾਇਆ ਸੀ ਇੱਕ ਕਣਕਵਾਲ ਤੋਂ, ਉਹ ਜਿਹੜਾ ਬੰਦਾ ਅੰਦਰ ਕਰਾਇਆ ਸੀ। ਅੱਛਾ, ਉਹ ਇੰਦਰ ਸਿੰਘ ਵਾਲਾ ਜੀ? ਹਾਂਜੀ ਹਾਂਜੀ ਹਾਂਜੀ, ਮੈਂ ਉਹੀ ਲੜਕੀ ਬੋਲਦੀ ਹਾਂ ਜੀ। ਹਾਂਜੀ ਹਾਂਜੀ ਹਾਂਜੀ, ਬੋਲੋ ਮੈਮ। ਸਰ ਇਹ ਬੰਦਾ ਕਿਸੇ ਹਾਲਤ ਵਿੱਚ ਵੀ ਬਾਹਰ ਨਹੀਂ ਆਉਣਾ ਚਾਹੀਦਾ, ਚਾਹੇ ਕੋਈ ਤੁਹਾਨੂੰ ਲੱਖ ਕੋਸ਼ਿਸ਼ ਕਰੇ, ਚਾਹੇ ਕਿਸੇ ਦੀ ਸਿਫਾਰਿਸ਼ ਲੈ ਕੇ ਆਵੇ, ਚਾਹੇ ਤੁਹਾਨੂੰ ਪੈਸੇ ਦੇਣ, ਪਰ ਪਲੀਜ਼ ਮੇਰੀ ਰਿਕੁਐਸਟ ਹੈ ਤੁਹਾਡੇ ਅੱਗੇ, ਇਹ ਬੰਦੇ ਨੂੰ ਬਾਹਰ ਨਾ ਆਉਣ ਦਿਓ। ਦੇਖੋ ਮੈਮ, ਮੈਂ ਆਪਦੀ ਪੂਰੀ ਕੋਸ਼ਿਸ਼ ਕਰ ਰਿਹਾ, ਇਹ ਬੰਦਾ ਬਾਹਰ ਤਾਂ ਨਾ ਆਉਣ ਦੇਣਾ ਨਹੀਂ। ਦੇਖ ਭੈਣ ਮੇਰੀ, ਪੁਨੀਤ ਦੀ ਭੈਣ, ਮੇਰੀ ਵੀ ਭੈਣ, ਠੀਕ ਹੈ ਨਾ? ਹਾਂਜੀ। ਰਹੀ ਗੱਲ ਇੰਦਰ ਦੀ, ਇੰਦਰ ਨੂੰ ਮੈਂ ਕਿਸੇ ਵੀ ਹਾਲਤ 'ਚ ਬਾਹਰ ਆਉਣੀ ਹੈ, ਕਿਉਂਕਿ ਇਹੋ ਜਿਹੇ ਬੰਦੇ ਸਮਾਜ 'ਚ ਰਹਿ ਕੇ ਸਮਾਜ ਨੂੰ ਗੰਧਲਾ ਤਾਂ ਕਰਦੇ ਨੇ, ਨਵੀਂ ਜਨਰੇਸ਼ਨ ਦੀ ਵੀ ਖਰਾਬ ਕਰਦੇ ਨੇ, ਬੱਚਿਆਂ ਦੀ ਖਰਾਬੀ ਕਰਦੇ ਨੇ। ਫਿਰ ਇਹੀ ਗੱਲ ਸਿਫਾਰਿਸ਼ਾਂ ਦੀ, ਭੈਣ ਮੇਰੇ ਲਈ ਫੋਨ ਵੀ ਕਾਫੀ ਆ ਗਏ, ਠੀਕ ਹੈ ਨਾ? ਬਾਕੀ ਇੱਕ ਦੋ ਵਾਰ ਮੀਤ ਵੀ ਆ ਗਿਆ, ਤੇ ਮੈਂ ਇਹੋ ਜਿਹਾ ਬੰਦਾ ਨੀ ਹੈਗਾ ਵੀ ਸਿਫਾਰਿਸ਼ਾਂ ਦੇ ਕੰਮ ਕਰਾਂਗਾ, ਠੀਕ ਹੈ ਨਾ? ਮੈਂ ਆਪਦੀ ਡਿਊਟੀ ਨਿਭਾ ਰਿਹਾ ਭੈਣ ਮੇਰੀ, ਤੂੰ ਇਸ ਗੱਲ ਨੂੰ ਬੇਤਰ ਕਰ ਰਿਹਾ, ਤੂੰ ਵੀ ਆਪਦੀ ਜਿਵੇਂ ਡਿਊਟੀ ਨਿਭਾਈਆਂ ਨੇ, ਇਨਸਾਨੀਅਤ ਫਰਜ਼ ਨਿਭਾਈਆਂ, ਤੇ ਮੈਂ ਵੀ ਆਪਦਾ ਪੂਰਾ ਫਰਜ਼ ਨਿਭਾਉਣਾ, ਇਸ ਬੰਦੇ ਨੂੰ ਸਜ਼ਾ ਦਵਾ ਕੇ ਰਹਿਣੀ ਹੈ। ਥੈਂਕ ਯੂ ਵੀਰ ਜੀ, ਮੈਨੂੰ ਇਹੀ ਉਮੀਦ ਸੀ ਤੁਹਾਡੇ ਤੋਂ। ਬਸ ਕੋਈ ਗੱਲ ਨਹੀਂ ਭੈਣ, ਬੇਫਿਕਰ ਰਹੋ, ਠੀਕ ਹੈ ਨਾ? ਬਾਕੀ ਦੋ ਦਿਨ ਬਾਅਦ ਮੈਂ ਚਾਰਜਸ਼ੀਟ ਪੇਸ਼ ਕਰਕੇ ਨਾ ਅਦਾਲਤ ਪੇਸ਼ ਕਰਨਾ, ਤੇ ਜੋ ਵੀ ਇਹਦੀ ਸਜ਼ਾ ਬਣੇਗੀ ਅਦਾਲਤ ਸਜ਼ਾ ਸੁਣਾਏਗੀ, ਤੇ ਇਸ ਨੂੰ ਬਾਹਰ ਤਾਂ ਮੈਂ ਉਹ ਨਹੀਂ ਦੇਣਾ। ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ। ਹਾਂਜੀ ਠੀਕ ਹੈ ਭੈਣ ਮੇਰੀ, ਬੇਫਿਕਰ ਰਹੋ। ਥੈਂਕ ਯੂ, ਸ਼ੁਕਰ ਹੈ। ਜੇ ਕਿਤੇ ਸਾਰੇ ਹੀ ਅਫਸਰ ਇੰਨੇ ਇਮਾਨਦਾਰ ਬਣ ਜਾਣ ਤਾਂ ਸਾਰੀ ਦੁਨੀਆ ਨਾ ਬਦਲ ਜਾਵੇ, ਬਹੁਤ ਵਧੀਆ ਇਨਸਾਨ ਨਿਕਲਿਆ ਤਾਂ।
ਭੂਆ ਜੀ ਲੈ ਮਿਰਤੀ ਆ ਗਈ। ਸਤਿ ਸ਼੍ਰੀ ਅਕਾਲ ਭੂਆ। ਸਤਿ ਸ਼੍ਰੀ ਅਕਾਲ ਪੁੱਤ। ਸਤਿ ਸ਼੍ਰੀ ਅਕਾਲ। ਜਲਦੀ ਰਹਿ ਬਸ। ਫੁੱਫੜ ਜੀ ਠੀਕ ਨੇ? ਹਾਂ ਸਾਰੇ ਠੀਕ ਨੇ। ਤੂੰ ਦੱਸ ਤੂੰ ਠੀਕ ਰਹਿਣੀ ਹੈ? ਮੈਂ ਵਧੀਆ। ਕਦੋਂ ਆਏ ਹੋ ਤੁਸੀਂ? ਆ ਬਸ ਹੁਣੇ ਆਈ ਆ। ਅੱਛਾ ਬੈਠੋ ਫਿਰ ਮੈਂ ਚਾਹ ਬਣਾਉਣੀ ਆ। ਨਹੀਂ ਪੁੱਤ ਚਾਹ ਨਹੀਂ ਪੀਣੀ ਮੈਂ, ਗਰਮੀ ਬਹੁਤ ਹੈ। ਫਿਰ ਭੂਆ ਇੱਥੇ ਕਾਹਨੂੰ ਬੈਠੀ ਆ? ਇੱਥੇ ਕਿਹੜਾ ਪੱਖਾ ਚੱਲ ਰਿਹਾ? ਆ ਅੰਦਰ ਬਹਿਨੇ ਆ ਪੱਖੇ ਥੱਲੇ। ਚੱਲ ਆ ਜਾ ਫਿਰ। ਆ ਜਾ। ਹੋਰ ਸਭ ਠੀਕ ਸੀ? ਸਾਰੇ ਠੀਕ ਸੀਗੇ। ਅਮਰੂ ਠੀਕ ਹੈ? ਮੈਨੂੰ ਫੋਨ ਕਰ ਦਿੰਦੇ, ਮੈਂ ਰਸਤੇ ਚੋਂ ਲਿਆਂਦੀ ਤੁਹਾਨੂੰ। ਨਹੀਂ ਬਸ ਮੈਂ ਤਾਂ ਫਿਰ ਤੁਰੀ ਆਈ। ਲੈ ਭੂਆ ਤੂੰ ਤਾਂ ਚਾਹ ਪੀਣ ਨੂੰ ਵੀ ਨਾ ਕਰਦੀ, ਸਿਕੰਜੀ ਵੀ ਬਣਾ ਦਾ ਫਿਰ। ਨਹੀਂ ਧੀਏ ਜਿਹੜੀ ਚੀਜ਼ ਦੀ ਲੋੜ ਹੋਊਗੀ ਮੈਂ ਕਹਿ ਕੇ ਕਰਾ ਲੂੰਗੀ। ਦੇ ਕਿੰਨੀ ਸੋਹਣੀ ਮੇਰੀ ਭਤੀਜ ਨੂੰ ਹੈ, ਕਿੰਨਾ ਤੈਨੂੰ ਰੂਪ ਚੜਿਆ। ਆ ਮੈਨੂੰ ਤਾਂ ਬਾਹਲਾ ਹੀ ਚਾਅ ਚੜਿਆ ਤੁਹਾਡੇ ਵਿਆਹ ਦਾ, ਵੀ ਮੇਰੇ ਭਤੀਜੇ ਅਮਰੂ ਦਾ ਵਿਆਹ ਹੋ ਗਿਆ। ਪਰ ਧੀਏ ਪਰ ਗੱਲ ਜੀ ਨਹੀਂ ਬਣੀ, ਕਿੱਥੇ ਤਾਂ ਤੂੰ ਇੰਨੀ ਪੜ੍ਹੀ ਲਿਖੀ ਸਰਕਾਰੀ ਅਫਸਰ ਲੱਗੀ, ਆ ਕਿੱਥੇ ਮੇਰਾ ਭਤੀਜਾ ਅਮਰੂ ਅਨਪੜ੍ਹ ਵਿਚਾਰਾ ਭੋਂਦੂ ਜਿਹਾ ਹੈਗਾ, ਇਹਨੂੰ ਕੀ ਪਤਾ। ਆ ਪੁੱਤ ਤੇਰੀ ਤਾਂ ਚਟਾਪ 'ਚ ਬੇਇੱਜ਼ਤੀ ਹੋ ਗਈ ਹੋਊਗੀ। ਆ ਕਿਸੇ ਦਾ ਘਰ ਵਾਲਾ ਅਫਸਰ ਲੱਗਿਆ, ਕਿਸੇ ਦੇ ਘਰ ਵਾਲਾ ਵੱਡਾ ਡਾਕਟਰ ਹੋਊਗਾ, ਇੱਕ ਆ ਮੇਰਾ ਭਤੀਜਾ ਭੋਂਦੂ ਜਿਹਾ ਅਨਪੜ੍ਹ, ਉੱਤੋਂ ਅਮਲੀ ਭੰਗੀ, ਕੀ ਆਖਣਗੇ ਤੈਨੂੰ ਵੀ ਇਹਦੇ ਨਾਲ ਵਿਆਹ ਕਰਾਇਆ ਇਹਨੇ। ਮੇਰੀ ਮਨ ਤਾਂ ਇੱਥੋਂ ਤਾਂ ਗਲਤੀ ਹੋਈ ਹੈ ਪੁੱਤ। ਚੱਲ ਸਭ ਤੋਂ ਹੀ ਹੋ ਜਾਂਦੀਆਂ ਨੇ ਗਲਤੀਆਂ, ਆ ਇਹ ਕੀ ਜਾਣਦਾ ਕੋਟ ਕੋਟ ਮੈਰਜਾਂ ਨੂੰ। ਮੈਂ ਤਾਂ ਤੈਨੂੰ ਐਂ ਕਹਿੰਦੀ ਹਾਂ, ਦੋ ਦਿਨ ਲਾ ਆਪਦੇ ਪੇਕੀ ਵਗ ਜਾ, ਕਿਸੇ ਨੂੰ ਨਹੀਂ ਹਜੇ ਕੁਛ ਪਤਾ ਲੱਗਿਆ। ਪਿੰਡ 'ਚ ਕਿਹਨੂੰ ਪਤਾ ਹਜੇ ਵੀ ਅਮਰੂ ਦਾ ਵਿਆਹ ਹੋ ਗਿਆ? ਉਹ ਤਾਂ ਤੂੰ ਪਹਿਲਾਂ ਵੀ ਇੱਥੇ ਰਹਿੰਦੀ ਸੀ, ਹੁਣ ਵੀ ਦੋ ਦਿਨ ਲਾ ਕੇ ਟੱਪ ਜਾ। ਤੇਰਾ ਬਾਲਾ ਸੋਹਣਾ ਵਿਆਹ ਕਰਨਗੇ ਕਿਸੇ ਮੁਲਾਜ਼ਮ ਨਾਲ, ਤੂੰ ਆਪਦੇ ਮਾਂ ਪਿਓ ਨਾਲ ਕਿਉਂ ਟੁੱਟ ਜੀਆਂ? ਆ ਭੌਂਦੂ ਜੇ ਪਿੱਛੇ ਤੂੰ ਇਹਦਾ ਖੈੜਾ ਛੱਡ, ਆਪਦੇ ਪਿੰਡ ਲੰਘ ਜਾ। ਬਸ ਕਰ ਭੂਆ, ਆ ਬੰਨੇ ਤੇਰੇ ਮੂਹਰੇ ਹੱਥ, ਆਹਰੇ ਭਾਸ਼ਣ ਦੇਣ ਆਇਆ ਕਰੋ, ਜਣਾ ਖਣਾ ਆ ਕੇ ਵਿਦਵਾਨ ਬਣ ਜਾਂਦਾ। ਨਾਲੇ ਐਂ ਕਿਵੇਂ ਅਮਰੂ ਨੂੰ ਛੱਡ ਕੇ ਵਗ ਜਾ? ਮੈਂ ਇੱਥੇ ਵਿਆਹ ਕੇ ਆਈ ਹਾਂ ਉਹਦੇ ਨਾਲ, ਅਮਰੂ ਮੇਰਾ ਹਸਬੈਂਡ ਹੈ, ਮੈਂ ਉਹਦੀ ਵਾਈਫ ਹਾਂ ਹੁਣ। ਨਾਲੇ ਭੂਆ ਕੱਲ੍ਹ ਨੂੰ ਤੂੰ ਕਾਲੇ ਦਾ ਵਿਆਹ ਕਰੇਂਗੀ, ਜੇ ਦੋ ਦਿਨਾਂ ਬਾਅਦ ਉਹਦੀ ਘਰ ਵਾਲੀ ਤਲਾਕ ਦੇ ਕੇ ਜਾਵੇ ਫਿਰ ਜਰ ਲੇਂਗੀ ਤੂੰ? ਭੂਆ ਮੇਰੀ ਸੁਣ ਲੈ ਗੱਲ, ਜਿੰਨੇ ਸਾਡੇ ਨਾਲ ਵਰਤਣਾ ਵਰਤ ਲਓ, ਜਿੰਨੇ ਨਹੀਂ ਵਰਤਣਾ ਨਾ ਵਰਤੋ। ਨਾਲੇ ਮੈਨੂੰ ਇੱਥੇ ਪੁੱਠੀਆਂ ਸਲਾਹਾਂ ਦੇਣ ਆਇਆ ਕਰੋ, ਜਿਹਨੂੰ ਚੰਗੇ ਲੱਗਦੇ ਆ ਸਾਡੇ ਆ ਜਾ ਕਰੋ, ਨਹੀਂ ਤੇ ਨਾ ਸੀ, ਅਸੀਂ ਤਾਂ ਆਪਦੇ ਇਕੱਲੇ ਹੀ ਰਹਿ ਲਾਂਗੇ। ਲੈ ਧੀਏ ਤੂੰ ਤਾਂ ਗੁੱਸਾ ਹੀ ਕਰ ਗਈ, ਤੂੰ ਮੇਰੇ ਨਾਲ ਗੱਲ ਕਰਦੀ, ਮੈਂ ਤੇਰਾ ਵਿਆਹ ਵਧੀਆ ਕਰਦੀ ਗੱਜ ਵੱਜ ਕੇ, ਇੰਨੇ ਚਾਵਾਂ ਲਾਡਾਂ ਨਾਲ, ਪੂਰੀ ਰੀਤੀ ਰਿਵਾਜ਼ਾਂ ਨਾਲ, ਹੈ ਐਂ ਤਾਂ ਧੀਏ ਬੇਇੱਜ਼ਤੀ ਹੈ। ਹੁਣ ਲੋਕ ਕੀ ਆਖਣਗੇ ਪਿੰਡ ਦੇ? ਆਖਣਗੇ ਅਸੀਂ ਕੋਰਟ ਮੈਰਿਜ ਕਰਾ ਕੇ ਬਹੂ ਘਰੇ ਲਿਆਂਦੀ, ਪੈਸੇ ਲਾਉਣ ਦੇ ਮਾਰਿਆਂ ਨੇ ਚੁੱਪ ਕਰਕੇ ਲਿਆਂਦੀ। ਤੇ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਭੂਆ, ਲੋਕ ਜੋ ਕਹਿੰਦੇ ਨੇ ਕਹੀ ਜਾਣ। ਐਂ ਕਰਦੇ ਹਾਂ ਧੀਏ ਆਪਾਂ ਫਿਰ 5-7 ਦਿਨਾਂ ਤੋਂ ਹੀ ਪਾਰਟੀ ਰੱਖ ਲੈਂਦੇ ਹਾਂ, ਕੀ ਹੋਜੂ ਜੇ 5-4 ਲੱਖ ਰੁਪਇਆ ਲੱਗ ਜੂਗਾ? ਆ ਘਰੇ ਹਲਵਾਈ ਬੁਲਾਵਾਂਗੇ, ਕੜਾਹੀ ਚੜ੍ਹਾਵਾਂਗੇ, ਨਾਲੇ ਸਰੀਕੇ ਵਾਲਿਆਂ ਨੂੰ ਸੱਦ ਲਾਂਗੇ, ਰਿਸ਼ਤੇਦਾਰਾਂ ਨੂੰ ਸੱਦ ਲਾਂਗੇ, ਨਾਲੇ ਤਾਂ ਸਾਗਨ ਆ ਜੂਗਾ, ਨਾਲੇ ਸਾਰੇ ਨਿਉਂ ਦਾ ਕੋਕਾ ਗਿਆ ਲੋਕਾਂ 'ਚ ਉਹ ਆ ਜੂਗਾ ਵਾਪਸ, ਨਾਲੇ ਸਾਰੇ ਰਸਮਾਂ ਪੂਰੀਆਂ ਹੋ ਜਾਣਗੀਆਂ, ਆ ਤੇਰੇ ਵੀ ਚਾਰ ਲਾਡ ਸਾਰੇ ਪੂਰੇ ਹੋ ਜਾਣਗੇ ਧੀਏ। ਭੂਆ ਆ ਤੂੰ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੀ ਆ, ਆਹੇ ਜਿਹਾ ਕੁਛ ਤੇ ਚਾਹੁੰਦੀ ਹੈ? ਆ ਪਿੰਡ ਦੇ ਲੋਕ ਤੇ ਰਿਸ਼ਤੇਦਾਰ ਕੀ ਸੋਚਣਗੇ ਵੀ ਬੰਦਾ ਤਾਂ ਮੇਰਾ ਜੇਲ੍ਹ 'ਚ ਬੈਠਾ, ਇਹਨਾਂ ਨੂੰ ਇਹੋ ਜਿਹੇ ਲੱਛਣ ਸੋਚਦੇ ਆ
ਨਾਲੇ ਭੂਆ ਆ ਜਿੰਨੀ ਬੇਇੱਜ਼ਤੀ ਹੋਣੀ ਸੀ ਉਹ ਤਾਂ ਹੋ ਗਈ, ਹੁਣ ਨੀਲੂ ਕੀ ਰਹਿੰਦੀ। ਕਹਿੰਦੇ ਹੁੰਦੇ ਆ ਨਾ ਗੱਲ ਤਾਂ ਖੂਹ ਚੋਂ ਨਿਕਲ ਜਾਂਦੀ ਆ, ਹੁਣ ਤਾਂ ਵੱਜ ਗਏ ਢੋਲ ਪਿੰਡ 'ਚ ਜਿੰਨੇ ਵੱਜਣੇ ਸੀ। ਭੈਣੇ ਮੈਂ ਨਾ ਏਡੀ ਬੇਵਕੂਫ ਨਹੀਂ ਹੈਗੀ ਜਿੰਨੀ ਤੂੰ ਮੈਨੂੰ ਸਮਝ ਰੱਖਿਆ। ਇੱਥੋਂ ਵੱਡੀ ਬੇਵਕੂਫ ਹੋਰ ਹੋ ਵੀ ਨਹੀਂ ਸਕਦੀ, ਐਡਾ ਵੱਡਾ ਤਾਂ ਤੂੰ ਘਰੇ ਬੰਜ ਖੜਾ ਕਰਤਾ, ਹਜੇ ਤੂੰ ਕਹਿੰਦੀ ਮੈਂ ਬੇਵਕੂਫ ਨਹੀਂ ਹੈਗੀ ਹੈ। ਕਿਉਂ ਇਸ 'ਚ ਮੈਂ ਕੀ ਗਲਤ ਕੀਤਾ? ਨਾਲੇ ਮੈਂ 5-7 ਲੋਕਾਂ ਨੂੰ ਖਵਾਉਂਗੀ, ਇੰਨਾ ਲੱਖ ਮੈਂ ਆਪਣੇ ਘਰ 'ਤੇ ਲਾਊਂਗੀ, ਨਾਲੇ ਮੈਂ ਅਮਰੂ ਦੇ ਇਲਾਜ 'ਤੇ ਲਾਊਂਗੀ, ਮੈਂ ਕਿਉਂ ਲੋਕਾਂ ਨੂੰ ਖਵਾਉਂਗੀ? ਨਾਲੇ ਭੂਆ ਲੋਕਾਂ ਨੂੰ ਤਾਂ ਭਾਵੇਂ 20 ਲੱਖ ਰੁਪਇਆ ਖਵਾ ਲਏ, ਲੋਕ ਕਿਹੜਾ ਖੁਸ਼ ਹੁੰਦੇ ਨੇ, ਉਹਨਾਂ ਨੇ ਤਾਂ ਬਾਅਦ 'ਚ ਨੀਂਦਣਾ ਹੀ ਹੁੰਦਾ। ਮੈਂ ਤਾਂ ਐਂ ਕਹਿੰਦੀ ਸੀ ਧੀਏ, ਆਪਣੇ ਨਾਲੇ ਤਾਂ ਸਾਰੇ ਸਾਗਨ ਲਿਆਉਂਦੇ ਮੁੜੇ ਆਉਂਦੇ, ਨਾਲੇ ਤੁਹਾਡੀ ਪਿੰਡ 'ਚ ਇੱਜ਼ਤ ਰਹਿ ਜਾਂਦੀ, ਹੋਰ ਤਾਂ ਮੈਂ ਕੀ ਕਹਿਣਾ। ਬਸ ਭੂਆ ਰਹਿਣ ਦੇ, ਤੂੰ ਵੀ ਇੰਨੀਆਂ ਮੱਤਾਂ ਨਾ ਦੇ, ਜਦੋਂ ਸਾਡੇ ਕਹਿਣ 'ਤੇ ਸਮਝੀ ਇਹ ਬੁੱਤ, ਸੋਦੇ ਕਹਿਣ 'ਤੇ ਕੀ ਸਮਝ ਜੂਗੀ ਇਹ, ਇਹਦੇ ਲਈ ਕੋਈ ਗੱਲ ਖੁੱਡੇ 'ਚ ਵੜਦੀ ਹੈਗੀ? ਸਮਝਣ ਦੀ ਲੋੜ ਤਾਂ ਤੁਹਾਨੂੰ ਹੈ, ਮੈਨੂੰ ਨਹੀਂ ਹੈਗੀ। ਨਾਲੇ ਆ ਭੂਆ ਨੂੰ ਸਮਝਾ ਕਿਹੋ ਜਿਹੀਆਂ ਔਲੀਆਂ ਬੋਲੀਆਂ ਗੱਲਾਂ ਮਾਰੀ ਜਾਂਦੀ ਆ। ਮੂੰਗੀ ਬੀਜ ਦਿਆਂ ਮੁੱਕੋ, ਬੀਜ ਲੈਣ ਦੇ ਮੈਨੂੰ। ਕੀ ਹੋ ਗਿਆ ਮੁੱਕੋ? ਮੈਂ ਤਾਂ ਮੱਕੀ ਜੀ ਬਜਾਉਂਦਾ ਸੀ ਮੁੱਕੋ, ਮੈਂ ਫਿਰ ਜੀਰੀ ਲਾ ਦਾਂਗੇ ਉਦੋਂ ਬਾਅਦ। ਭਾਬੀ ਨੇ ਮੈਨੂੰ ਕਹਿ ਕੇ ਭੇਜਿਆ ਸੀ, ਕਹਿੰਦੀ ਅੱਧਾ ਕਿੱਲਾ ਸਾਡਾ ਵੀ ਮੂੰਗੀ ਦਾ ਬਜਾ ਨੀ। ਕਹਿੰਦੀ ਸਾਰਾ ਦਿਨ ਭਾਬੀ ਭਾਬੀ ਬਾਈ ਬਾਈ, ਪਤਾ ਨੀ ਕੀ ਪਾ ਕੇ ਰੱਖਤਾ ਸਿਰ ਚ, ਨਾ ਤੂੰ ਇਹਨਾਂ ਦਾ ਗੋਲਾ ਧੰਦਾ ਕਿਉਂ ਕਰਦਾ ਰਹਿੰਦਾ ਸਾਰਾ ਦਿਨ, ਸਾਰੀ ਉਮਰ ਲੰਘੀ ਤੇਰੀ ਆਈ ਕਰਦੇ ਦੀ। ਜੇ ਹੁਣ ਵੀ ਨਹੀਂ ਹਟਣਾ ਨਾ, ਮੈਂ ਤਾਂ ਆਪਣੇ ਪੇਕੇ ਚਲੀ ਜਾਊਂਗੀ, ਫਿਰ ਦੇਖੀ ਜਾਈ ਆਪਦਾ। ਨਾ ਤੂੰ ਇਹਨਾਂ ਦਾ ਕੰਮ ਕਿਉਂ ਕਰਦਾ? ਨੌਕਰ ਰੱਖਿਆ ਹੋਇਆ ਇਹਨਾਂ ਦਾ, ਆਪੀ ਕਰਨ ਨਾ ਕਰਨ। ਫਿਰ ਬਾਈ ਤਾਂ ਹੈ ਨਹੀਂਗਾ, ਹੋਰ ਕੌਣ ਕਰੂਗਾ? ਫਿਰ ਨਾ ਹੋਵੇ, ਅਸੀਂ ਕੀ ਠੇਕਾ ਲਿਆ ਕਿਸੇ ਦਾ? ਤੂੰ ਕਿਉਂ ਕਰਦਾ ਕੰਮ? ਭਾਵੇਂ ਆਪਦਾ ਸੀਰੀ ਰੱਖਣ, ਭਾਵੇਂ ਜੋ ਮਰਜ਼ੀ ਕਰਨ, ਉਹ ਤਾਂ ਸਰਦਾਰ ਨਹੀਂ ਬਣੀ ਫਿਰਦੀ ਆ, ਫਿਰ ਇੱਕ ਨੌਕਰ ਨਹੀਂ ਰੱਖ ਸਕਦੇ? ਤੈਨੂੰ ਕਿਉਂ ਲਾਉਂਦੇ ਨੇ ਖੇਤ 'ਚ, ਨੌਕਰ ਬਣਾ ਕੇ ਰੱਖਿਆ ਪਿਆ? ਜੇ ਤੂੰ ਹੁਣ ਇਹਨਾਂ ਦਾ ਕੰਮ ਕਰਿਆ, ਮੈਂ ਤਾਂ ਤੈਨੂੰ ਛੱਡ ਕੇ ਪਿੰਡ ਭੱਜ ਜਾਊਂਗੀ। ਹੈ ਨਾ, ਦੇਖੀ ਜਾਈ ਫਿਰ ਆਪਦਾ। ਕੋਈ ਨਾ, ਮੈਂ ਹੁਣ ਨਹੀਂ ਕਰਦਾ। ਮੈਂ ਤੇਰੇ ਪਿੱਛੇ ਅੱਡਾ ਸਟੈਂਡ ਲਈ ਬੈਠੀ ਆ, ਤੂੰ ਫੇਰ ਇਹਨਾਂ ਦਾ ਕੰਮ ਕਰਦਾ ਫਿਰੀ ਜਾਨਾ? ਜੇ ਆਹੀ ਕੰਮ ਰਹੇ ਨਾ ਤੇਰੇ, ਮੈਂ ਤਾਂ ਪਿੰਡ ਚਲੀ ਜਾਊਂਗੀ, ਫਿਰ ਕਰੀ ਜਾਈ ਇਹਨਾਂ ਦਾ ਗੋਲਾ ਧੰਦਾ। ਹਾਂ ਕੋਈ ਨਾ, ਮੈਂ ਹੁਣ ਨਹੀਂ ਕਰਦਾ। ਆਪਦੇ 4 ਕਿੱਲਿਆਂ 'ਚ ਭਾਵੇਂ ਦਿਨ ਕਰ ਕੰਮ, ਭਾਵੇਂ ਰਾਤ ਕਰ, ਜੋ ਮਰਜ਼ੀ ਬੀਜ, ਪਰ ਇਹਨਾਂ ਦੀ ਜ਼ਮੀਨ 'ਚ ਜਾ ਕੇ ਪੈਰ ਨਹੀਂ ਰੱਖਣਾ, ਆਪਦੇ ਘਰ 'ਚ ਜਿਵੇਂ ਮਰਜ਼ੀ ਰਹਿ। ਚੰਗਾ ਮੁੱਕ, ਹੁਣ ਨਹੀਂ ਕਰਦਾ। ਚੱਲ ਠੀਕ ਆ, ਮੈਂ ਜਾ ਕੇ ਚਾਹ ਬਣਾਉਣੀ ਆ, ਨਾਲੇ ਨਾਲੇ ਟਾਈਮ ਨਾਲ ਆ ਜੀ, ਅੱਧੇ ਘੰਟੇ ਤੱਕ ਹੋ ਜਾਏਗਾ ਫ੍ਰੀ? ਹਾਂ ਅੱਧੇ ਘੰਟੇ ਤੱਕ। ਬਸ ਫ੍ਰੀ ਹੋ ਕੇ ਛੇਤੀ ਘਰ ਆ ਜਾ, ਮੈਂ ਤੈਨੂੰ ਕਿਤੇ ਲੈ ਕੇ ਜਾਣਾ। ਚੰਗਾ, ਆਪਾਂ ਘੁੰਮ ਕੇ ਆਵਾਂਗੇ। ਮੈਂ ਬਾਈ ਨੂੰ ਘਰੀ ਲਿਆਉਂਗਾ, ਉੱਥੇ ਚਾਹ ਪਿਆ ਦਾਂਗੇ ਬਾਈ। ਹਾਂ ਚਾਹੇ ਘਰੇ ਲਿਆਈ, ਮੈਂ ਜਾ ਕੇ ਚਾਹ ਧਰਦੀ ਆ, ਠੀਕ ਆ? ਚੰਗਾ, ਛੇਤੀ ਬੀਜ ਕੇ ਆ ਜੀ ਮੱਕੀ। ਚੰਗਾ, ਤੂੰ ਨਾ ਆਇਆ ਕਰ ਧੁੱਪ 'ਚ, ਚੰਗਾ? ਚੱਲ ਕੋਈ ਨਾ। ਚੰਗਾ ਜਾ ਹੁਣ ਘਰ ਵਾਲਾ ਕੰਮ। ਓਕੇ ਠੀਕ ਆ, ਛੇਤੀ ਆ ਜੀ ਘਰ। ਠੀਕ ਆ, ਸਤਿ ਸ਼੍ਰੀ ਅਕਾਲ ਬਾਬਿਓ, ਕੀ ਹਾਲ ਚਾਲ ਨੇ ਜੀ? ਬਾਬਿਓ ਤੁਹਾਨੂੰ ਸਾਰਿਆਂ ਨੂੰ ਪਤਾ ਨਾ
ਕਿ ਅਮਰੂ ਵਰਗੇ ਨੌਜਵਾਨ ਪਿੰਡਾਂ ਦੇ ਵਿੱਚ ਪੰਜ ਸੱਤ ਕੁ ਹੁੰਦੇ ਨੇ ਅਤੇ ਜਿਨ੍ਹਾਂ ਦਾ ਭੋਲੇ ਭਾਲੇ ਲੋਕਾਂ ਦਾ ਕਈ ਚਲਾਕ ਲੋਕ ਫਾਇਦਾ ਚੱਕ ਜਾਂਦੇ ਨੇ ਆਪਦੇ ਨਿੱਜੀ ਕੰਮ ਦੇ ਲਈ। ਸੋ ਬਾਬੇ ਉਹਨਾਂ ਨੂੰ ਗਾਈਡੈਂਸ ਦੀ ਲੋੜ ਹੈ, ਪਿਆਰ ਨਾਲ ਸਮਝਾਉਣ ਦੀ ਲੋੜ ਹੈ। ਉਮੀਦ ਕਰਦੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਣੀ। ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ, ਚੈਨਲ ਸਬਸਕ੍ਰਾਈਬ ਕਰ ਲਿਓ। ਧੰਨਵਾਦ।